ਗੈਂਗਸਟਰ ਕਰਨ ਮਸਤੀ ਦਾ ਐਨਕਾਊਂਟਰ ਵਿਵਾਦਾਂ ਦੇ ਘੇਰੇ ਵਿੱਚ ਹੈ। ਸੂਤਰਾਂ ਦਾ ਕਹਿਣਾ ਹੈ ਕਿ 1 ਨਵੰਬਰ ਨੂੰ ਹੀ ਮਸਤੀ ਮਰ ਚੁੱਕਿਆ ਸੀ। ਸਵੇਰੇ ਕੁਝ ਪੁਲਿਸ ਅਧਿਕਾਰੀਆਂ ਵੱਲੋਂ ਯੂਪੀ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਮੁਰਾਦ ਨਗਰ ਵਿੱਚ ਪੁਲਿਸ ਐਨਕਾਊਂਟਰ ਦੌਰਾਨ ਉਸਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ, ਜਦਕਿ ਹਾਲਾਤ ਕੁਝ ਹੋਰ ਹੀ ਸਨ। ਯੂਪੀ ਪੁਲਿਸ ਅਤੇ ਪੰਜਾਬ ਪੁਲਿਸ ਵਿੱਚ ਗੈਂਗਸਟਰ ਮਸਤੀ ਦੀ ਮੌਤ ਨੂੰ ਲੈ ਕੇ ਇਸ ਕਦਰ ਠਣੀ ਹੋਈ ਹੈ ਕਿ 1 I-20 ਕਾਰ ਵਿੱਚੋਂ ਬਰਾਮਦ ਕੀਤੀ ਕਰਨ ਮਸਤੀ ਦੀ ਲਾਸ਼ ਨੂੰ ਐਨਕਾਊਂਟਰ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਸੱਚਾਈ ਕੀ ਹੈ, ਇਹ ਡੂੰਘੀ ਜਾਂਚ ਦਾ ਵਿਸ਼ਾ ਹੈ। ਅੰਮ੍ਰਿਤਸਰ ਪੁਲਿਸ ਆਪਣੀ ਕਿਰਕਰੀ ਤੇ ਪਰਦਾ ਪਾਉਣ ਲਈ ਕਰਨ ਮਸਤੀ ਦੀ ਮੌਤ ਨੂੰ ਐਨਕਾਊਂਟਰ ਦੱਸ ਰਹੀ ਹੈ। ਦੂਜੇ ਪਾਸੇ ਯੂਪੀ ਪੁਲਿਸ ਮੰਨ ਰਹੀ ਹੈ ਕਿ ਮਸਤੀ ਦੀ ਲਾਸ਼ ਉਹਨਾਂ ਨੂੰ ਮਿਲੀ ਸੀ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਲੁੱਟ ਦੇ ਕਰੋੜਾਂ ਰੁਪਏ ਅਤੇ ਗਹਿਣੇ ਅਤੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਮਸਤੀ ਗਰੁੱਪ ਦੇ ਮੈਂਬਰਾਂ ਨੇ ਹੀ ਮਸਤੀ ਦਾ ਕਤਲ ਕੀਤਾ, ਜਦਕਿ ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਨੂੰ ਹੀ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਇੱਕ ਮੈਂਬਰ ਬੌਬੀ ਮਲਹੋਤਰਾ ਨੇ ਗੈਂਗਸਟਰ ਮਸਤੀ ਦੇ ਫੜੇ ਜਾਣ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਪਾਈ ਸੀ। ਉਸ ਪੋਸਟ ਵਿੱਚ ਲਿਖਿਆ ਸੀ ਕਿ ਉਹਨਾਂ ਦੇ ਗਿਰੋਹ ਦਾ ਇੱਕ ਮੈਂਬਰ ਮਸਤੀ ਅਤੇ ਉਸਦਾ ਇੱਕ ਸਾਥੀ ਰਿੰਕਾ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ। ਉਹਨਾਂ ਨੂੰ ਡਰ ਹੈ ਕਿ ਪੁਲਿਸ ਮਸਤੀ ਦਾ ਐਨਕਾਊਂਟਰ ਕਰ ਸਕਦੀ ਹੈ, ਜਦਕਿ ਐਤਵਾਰ ਦੀ ਸਵੇਰੇ ਉਸੇ ਤਰ੍ਹਾਂ ਦਾ ਇੱਕ ਪੋਸਟ ਨੂੰ ਬੌਬੀ ਮਲਹੋਤਰਾ ਅਤੇ ਮਰ ਚੁੱਕੇ ਸੰਗਰਾਮ ਮਲਹੋਤਰਾ ਦੀ ਪੋਸਟ ਨਾਲ ਸ਼ੇਅਰ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਮਸਤੀ ਉਹਨਾਂ ਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ। ਪੁਲਿਸ ਐਨਕਾਊਂਟਰ ਦੌਰਾਨ ਮਸਤੀ ਨਾਲ ਉਸਦਾ ਇੱਕ ਸਾਥੀ ਵੀ ਸੀ, ਜਿਸ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਰੱਖਿਆ ਹੋਇਆ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਵੱਲੋਂ ਫੜਿਆ ਗਿਆ ਗੈਂਗਸਟਰ ਕਰਨ ਮਸਤੀ ਦਾ ਸਾਥੀ ਰਿੰਕਾ ਹੈ, ਜਿਸ ਬਾਰੇ ਹਾਲੇ ਤੱਕ ਅਧਿਕਾਰਿਕ ਤੌਰ ਤੇ ਕੋਈ ਪੁਸ਼ਟੀ ਨਹੀਂ ਹੋ ਸਕੀ। ਸੂਤਰ ਇਹ ਵੀ ਕਹਿੰਦੇ ਨੇ ਕਿ ਐਨਕਾਊਂਟਰ 'ਚ ਮਾਰੇ ਗਏ ਕਰਨ ਮਸਤੀ ਕੋਲ ਲੱਖਾਂ ਰੁਪਏ ਦਾ ਸੋਨਾ ਸੀ, ਜਦਕਿ ਪੁਲਿਸ ਨੂੰ ਉਸਦੇ ਕਬਜ਼ੇ 'ਚੋਂ 1 ਤੋਲਾ ਸੋਨਾ ਵੀ ਨਹੀਂ ਮਿਲਿਆ। ਸੂਤਰ ਦੱਸਦੇ ਨੇ ਕਿ 2.5 ਕਿਲੋ ਤੋਂ ਵੱਧ ਸੋਨਾ ਹੋ ਸਕਦਾ ਸੀ, ਪਰ ਰਿਕਾਰਡ ਅਨੁਸਾਰ ਉਸਦੇ ਕਬਜ਼ੇ 'ਚੋਂ 1 ਰਿਵਾਲਵਰ ਅਤੇ ਗੋਲੀ ਸਿੱਕਾ ਹੀ ਬਰਾਮਦ ਹੋਇਆ ਸੀ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। Hey, you are watching Worldwide Superhit Punjabi Music Satellite TV channel. Balle Balle.